बैके पाल किच आए गुरु साहेब, खुरलावाड़ी करो बरखा जी, खुरलावाड़ी करो बरखा। बैके पाल किच आए गुरु साहेब, खुरलावाड़ी करो बरखा। ਸਾਰੇ ਪੰਜ ਪਿਆਰਿਆਂ ਦਾ ਸਤਿਕਾਰ, ਸਾਜਿੰਦਰਪਾਲ ਸਿੰਘ ਜੀ, ਗੁਰਨਾਮ ਸਿੰਘ ਸੁਰਿੰਦਰ ਗੁਲਾਟੇ ਜੀ, ਸਾਰੇ ਪੰਜ ਪਿਆਰੇ, ਬਾਕੀ ਮਹਾਂਪੁਰਖਾਂ ਨੂੰ ਸੰਗਤ ਨੂੰ ਬੇਨਤੀ ਕਰਾਂਗੇ, ਸਾਰੇ ਬੈਠ ਜਾਣ, ਮੈਂ ਵੀ ਬੈਠ ਜਾਣਾ। ਸੰਗਤ ਨੂੰ ਸਾਨੂੰ ਕਹਿੰਦਾ ਆਪ ਜੀ ਬੇਨਤੀ ਨੂੰ ਪ੍ਰਵਾਨ। ਗਲੀਆਂ ਬਾਜ਼ਾਰਾਂ ਵਿੱਚ ਗਲੀਆਂ ਬਾਜ਼ਾਰਾਂ ਵਿੱਚ ਲੱਗੀਆਂ ਨੇ ਰੰਗ ਤਾਂ, ਸੁਣੇ ਪਏ ਇਲਾਕੇ ਵੀ ਆਬਾਦ, ਫੁੱਲਾਂ ਵਾਲੀ ਕਰੋ ਵਰਖਾ। ਪਾਏ ਕਨਹੀਆ ਜਿਹਦਾ 300 ਸਾਲਾਂ ਆਇਆ ਏ, ਰਲ ਮਿਲ ਕੇ ਜੀ ਸਭ ਸੰਗਤਾਂ ਮਨਾਇਆ ਏ। ਪਾਏ ਕਨਹੀਆ ਜਿਹਦਾ 300 ਸਾਲਾਂ ਆਇਆ ਏ, ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਅੱਜ 6ਵਾਂ ਦਿਨ ਹੈ ਕਿ ਨਗਰ ਕੀਰਤਨ ਵੱਖ ਵੱਖ ਜਗ੍ਹਾ ਤੋਂ ਹੁੰਦਾ ਹੋਇਆ ਅੱਜ ਇਸ ਸੇਵਾ ਪੰਥੀ ਟਿਕਾਣਾ ਸਾਹਿਬ ਦੇ ਵਿੱਚ ਪਹੁੰਚਿਆ। ਮਹਾਂਪੁਰਖਾਂ ਨੇ, ਸੰਤ ਅੰਮ੍ਰਿਤਪਾਲ ਸਿੰਘ ਜੀ ਨੇ, ਬਾਬਾ ਹਰਬੰਸ ਸਿੰਘ ਜੀ ਵੱਲੋਂ ਸਾਰਿਆਂ ਨੂੰ ਜੀ ਆਇਆ, ਪਿਆਰ ਨਾਲ ਸਾਰਿਆਂ ਨੂੰ ਅੰਦਰ ਲੈ ਕੇ ਆਏ। ਇਹ ਉਹ ਟਿਕਾਣਾ ਹੈ, ਇਹ ਉਹ ਮਹਾਂਪੁਰਖ ਨੇ। ਮੈਨੂੰ ਰਾਤੀ ਵੀ ਇੱਕ ਮੈਸੇਜ ਆਇਆ ਕਿ ਝੰਗ ਮੰਗਿਆਣੇ ਦੇ ਜਿਹੜੇ ਮਹਾਂਪੁਰਖ ਨੇ, ਸਾਨੂੰ ਉਹਨਾਂ ਦਾ ਨੰਬਰ ਦੱਸਿਆ ਜਾਵੇ। ਮੈਂ 2-3 ਮਹੀਨੇ ਤੋਂ ਲਗਾਤਾਰ ਇਸ ਪਾਸੇ ਲੱਗਿਆ ਹੋਇਆ ਕਿ ਉਸ ਡੇਰੇ ਵਿੱਚ ਵੀ ਅਸੀਂ ਪਹੁੰਚ ਗਏ ਹਾਂ ਜਿਹੜਾ ਬਾਬਾ ਜੀ ਦਾ ਪਹਿਲਾ ਡੇਰਾ ਸੀ ਪਾਕਿਸਤਾਨ। ਕਹਿੰਦੇ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਨਹੀਂ, ਇਹ ਕਹਿ ਦਿਓ ਸਾਡੇ ਗੁਰੂ ਉਹ ਨੇ ਜਿਹੜੇ ਸਾਨੂੰ ਗੱਦੀ ਦਿੰਦੇ ਨੇ। ਤੇ ਕਹਿੰਦੇ ਨੇ ਬਾਬਾ ਗੁਰਮੁਖ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ। ਕਹਿੰਦੇ ਤਿਵਾੜੀ ਜੀ ਗੱਲ ਸੁਣ ਲਓ, ਸੰਤ ਨੇਚਲ ਸਿੰਘ ਜੀ ਬੈਠੇ ਸੀ, ਸੰਤ ਗੋਪਾਲ ਸਿੰਘ ਜੀ, ਹੋਰ ਮਹਾਂਪੁਰਖ, ਕਹਿੰਦੇ ਪਾਕਿਸਤਾਨ ਵਿੱਚ ਵੀ ਸਭ ਕੁਝ ਛੱਡ ਕੇ ਆਏ ਤੇ ਅੱਜ ਵੀ ਆਪਣੇ ਡੇਰੇ ਦੀਆਂ ਚਾਬੀਆਂ ਨਾਲ ਲੈ ਕੇ ਆਏ। ਆਹ ਪਕੜੋ, ਚਾਬੀਆਂ ਪਈਆਂ ਨੇ, ਅਸੀਂ ਡੇਰੇ ਹੀ ਨਹੀਂ ਜਾਵਾਂਗੇ। ਲੇਕਿਨ ਇਹ ਗੱਲ ਨਹੀਂ ਕਹਾਂਗੇ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ। ਇਹ ਬਾਬਾ ਗੁਰਮੁਖ ਸਿੰਘ ਜੀ, ਮੈਂ ਉਹਨਾਂ ਦਾ ਬਹੁਤ ਮਰੀਦ ਹਾਂ, ਕਾਇਲ ਹਾਂ ਉਹਨਾਂ ਦੇ ਉੱਤੇ, ਐਸੇ ਮਹਾਂਪੁਰਖ। ਸੇਵਾ ਪੰਥੀਆਂ ਦਾ ਇਤਿਹਾਸ ਦੱਸਣ ਲਈ ਭਾਈ ਘਨੱਈਆ ਸਾਹਿਬ ਨੂੰ ਸਾਰੇ ਜਾਣਦੇ ਨੇ, ਲੇਕਿਨ ਭਾਈ ਘਨੱਈਆ ਸਾਹਿਬ ਦੀ ਸੰਪਰਦਾ ਨੂੰ ਬਹੁਤ ਘੱਟ ਸਾਡੀ ਉਮਰ ਦੇ ਜਿਹੜੇ ਨੇ ਉਹ ਜਾਣਦੇ ਨੇ, ਸਾਰੇ ਨਹੀਂ ਜਾਣਦੇ। ਅੱਜ ਸਾਰੇ ਸੰਸਾਰ ਦੇ ਵਿੱਚ ਕੋਈ ਸੋਸ਼ਲ ਮੀਡੀਆ ਦੀ ਸਾਈਟ ਖੋਲ੍ਹ ਕੇ ਦੇਖ ਲਓ, ਉੱਥੇ ਭਾਈ ਘਨੱਈਆ 300 ਸਾਲ ਦੇ ਨਾਲ ਸ਼ੁਰੂ ਹੁੰਦੀ ਹੈ। ਪਾਕਿਸਤਾਨ ਦੇ ਵਿੱਚ ਉਹ ਜਗ੍ਹਾ ਜਿਸ ਜਗ੍ਹਾ ਤੇ ਪਹਿਲੀ ਧਰਮਸ਼ਾਲਾ ਬਣਾਈ, ਪਰਸੋਂ ਉੱਥੋਂ ਦੀ ਵੀ ਕਲਿੱਪ ਆ ਗਈ, ਉਹ ਧਰਮਸ਼ਾਲਾ ਦੀਆਂ ਫੋਟੋਆਂ ਵੀ ਆ ਗਈਆਂ ਜਿਹੜੀ ਭਾਈ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਭਾਈ ਗੁਰਤੇਗ ਬਹਾਦਰ ਸਾਹਿਬ ਨੇ ਕਿਹਾ, ਜਾਂ ਆਪਣੇ ਇਲਾਕੇ 'ਚ ਪ੍ਰਚਾਰ ਕਰ, ਉਹ ਕਵਾ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਉਹਨਾਂ ਦੀ ਫੋਟੋ ਭੇਜਤੀ। ਔਰ ਇੱਕ ਮੁਸਲਮਾਨ ਐਂਕਰ ਬੋਲ ਰਿਹਾ ਕਿ ਮੈਂ ਅੱਜ ਮਾਣ ਫਖਰ ਮਹਿਸੂਸ ਕਰ ਰਿਹਾ ਕਿ ਮੈਂ ਇਸ ਭਾਈ ਘਨੱਈਆ ਦੀ ਪਹਿਲੀ ਧਰਮਸ਼ਾਲਾ ਦੇ ਵਿੱਚ ਖੜਾ। ਇਹ ਸੀ ਭਾਈ ਸੇਵਾ ਪੰਥੀਓ, ਆ ਦੇਖੋ ਤੁਹਾਡੀ ਪਹਿਲੀ ਧਰਮਸ਼ਾਲ,
पहला तुहाडा गुरुद्वारा तो यात्रा बड़े वधिया तरीके दे नाल दर पदार थां पथरां जाके संदेश दस रही है भाई कन्हैया जी का ना को बैरी नहेवा पंथी अडन शाही सभा जिहड़ी इक सरमौर संपर्दा है। सो मैं आज दिल्ली कमेटी का भी धन्यवाद करना मनजीत सिंह जी के जिहड़े प्रधान ने उन्हां दा परमजीत सिंह राणा सिरसा जी दे उन्हां दे सारे बोले सो निहाल उन्हां दा धन्यवाद करदा इन्ना वड्डा दिल्ली दे विच असीं नहीं सी कर सकदे जे तुहाडा सहयोग ना मिलदा। दिल्ली दे विच तुहाडा पूरा सहयोग मिलिया और तुहाडे सारे टीम ने इतना वड्डा काम कीता ते कर रही है दी भी जोड़ी कमाल है प्यार कमाल है और महाराज बख्शिश करते रहन। मैं मनजीत सिंह जी के जी का बहुत धन्यवाद करना फिर राणा जी का इन्हों की सारी कमेटी का सारे चैनल वालों का सारे सज्जन पुरशां का जिन्होंने इस समागम विच वध तो वध हिस्सा पाया योगदान दिया। मैं बेनती करांगा सिर पाओ ते नाल नाल ਮੰਤ ਬਾਬਾ ਹਰਬੰਸ ਸਿੰਘ ਜੀ ਹੁਕਮ ਕੀਤਾ ਹੈ ਉਹਨਾਂ ਦਾ ਸਤਿਕਾਰ ਪ੍ਰਧਾਨ ਸਾਹਿਬ ਜੀ ਸਾਮਜੀਤ ਸਿੰਘ ਜੀ ਕੇ ਸਾਹਿਬ ਤਾਜ ਸਿੰਘ ਡੋਲੀ ਪ੍ਰਧਾਨ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ ਸਾਹਿਬ ਪਰਮਜੀਤ ਸਿੰਘ ਰਾਣਾ ਚੇਅਰਮੈਨ ਜੀ ਸਾਹਿਬ ਮਨਜਿੰਦਰ ਸਿੰਘ ਸਰਸਾ ਜੀ ਗੁਰਿੰਦਰਪਾਲ ਸਿੰਘ ਰਾਜੂ ਜੀ ਅਤੇ ਸਾਰੇ ਰਲ ਕੇ ਨਾਲ ਮੰਤ ਬਾਬਾ ਹਰਬੰਸ ਸਿੰਘ ਜੀ ਹੁਕਮ ਕੀਤਾ ਕਿ ਪ੍ਰਧਾਨ ਸਾਹਿਬ ਦੇ ਨਾਲ ਉਹਨਾਂ ਨੂੰ 251,000 ਰੁਪਇਆ ਭਾਈ ਕਨ੍ਹੱਈਆ ਸਾਹਿਬ ਜੀ ਦਾ ਜੋ ਇਹ ਸਮਾਗਮ ਵਾਸਤੇ ਅਸੀਂ ਕੁਛ ਦੇ ਨਹੀਂ ਸਕਦੇ ਕੇਵਲ ਇਹ ਤਿਰਫੁਲ ਬੇਟਾ ਉਸ ਸਮਾਗਮ ਵਾਸਤੇ ਕਿ ਮੰਨ ਕਰਮਜੀਤ ਸਿੰਘ ਜੀ ਇੰਨਾ ਵੱਡਾ ਉਪਰਾਲਾ ਚੁੱਕਿਆ ਹੈ ਉਹ ਬਹੁਤ ਵੱਡਾ ਉਪਰਾਲਾ ਹੈ ਉਹਦੇ ਵਾਸਤੇ ਇਹ ਮਾਇਆ ਤੁਛ ਬੇਟਾ ਵੀ ਨਹੀਂ ਹੈ ਪਰ ਇਹ ਟਿਕਾਣਾ ਸਾਹਿਬ ਲੋ ਸੇਵਾ ਪੰਥੀ ਸਥਾਨ ਵੱਲੋਂ ਮੰਤ ਬਾਬਾ ਕਰਮਜੀਤ ਸਿੰਘ ਨੇ ਜੋ ਭਾਈ ਕਨ੍ਹੱਈਆ ਸਾਹਿਬ ਜੀ ਦਾ ਇਹ ਸਮਾਗਮ ਅਤੇ ਉਹ ਸਾਰਾ ਉਡੀਕਿਆ ਹੈ ਟਿਕਾਣਾ ਸਾਹਿਬ ਲੋ 251,000 ਰੁਪਏ ਦਾ ਨਾਲ ਕੈਸ਼ ਇਹ ਇੱਕ ਉਸ ਸਮਾਗਮ ਵਾਸਤੇ ਮੈਂ ਲਿਆਓ ਜੀ ਸਿਰ ਪਾਓ ਪ੍ਰਧਾਨ ਸਾਹਿਬ ਜੀ ਨੂੰ ਕਹਾਂਗਾ ਹਾਂਜੀ ਸਰਤਾਜ ਸਿੰਘ ਡੋਲੀ ਜੀ ਉਹ ਵੀ ਆ ਜਾਣ ਪ੍ਰਧਾਨ ਗਿਆਨੀ ਹੇਮ ਸਿੰਘ ਜੀ ਪ੍ਰਧਾਨ ਸਾਹਿਬ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ ਅਤੇ ਸਾਹਿਬ ਮਨਜੀਤ ਸਿੰਘ ਜੀ ਕੇ ਰਾਣਾ ਸਾਹਿਬ ਜੀ ਨੇ 251,000 ਉਸ ਸੇਵਾ 'ਚ ਪਾਇਆ ਬਾਕੀ ਮਹਾਂਪੁਰਖਾਂ ਨੂੰ ਸਿਰ ਪਾਓ ਦਿੰਦੇ ਹਾਂ ਉਸ ਤੋਂ ਪਹਿਲੇ ਜਥੇਦਾਰ ਸਾਹਿਬ ਮਨਜੀਤ ਸਿੰਘ ਜੀ ਕੇ ਅਤੇ ਉਸਦੇ ਨਾਲ ਸਾਲ ਅਵਤਾਰ ਸਿੰਘ ਡੋਲੀ ਜੀ ਬੋਲਣਗੇ ਮੈਂ ਪਹਿਲੇ ਪ੍ਰਧਾਨ ਸਾਹਿਬ ਜੀ ਨੂੰ ਕਹਿੰਦਾ ਇਸ ਟਾਈਮ ਪ੍ਰਧਾਨ ਸਾਹਿਬ ਜੀ ਨੂੰ ਟਿਕਾਣਾ ਸਾਹਿਬ ਨੂੰ ਬਹੁਤ ਜੀ ਆਇਆ ਕੱਲ੍ਹ ਵੀ ਬੇਨਤੀ ਕੀਤੀ ਉਹਨਾਂ ਨੇ ਹਰ ਬੇਨਤੀ ਨੂੰ ਟਿਕਾਣਾ ਸਾਹਿਬ ਦੀ ਕੋਈ ਵੀ ਬੇਨਤੀ ਹੈ ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਸਭ ਤੋਂ ਵੱਡਾ ਉੱਚਾ ਸਥਾਨ ਹੈ ਉਹਨਾਂ ਨੇ ਸਾਰਾ ਜੀ ਆਇਆ ਕਿਹਾ ਜਦੋਂ ਵੀ ਉਹਨਾਂ ਨੂੰ ਅਸੀਂ ਕੋਈ ਬੇਨਤੀ ਕੀਤੀ ਹੈ ਆਪ ਜੀ ਨੂੰ ਪ੍ਰਧਾਨ ਸਾਹਿਬ ਜੀ ਪਾਸ ਨੂੰ ਬਚਨ ਸਮ ਕਰ ਲਓ ਫਿਰ ਉਸ ਤੋਂ ਬਾਅਦ ਸਾਹਿਬ ਤਾਜ ਸਿੰਘ ਡੋਲੀ ਪ੍ਰਧਾਨ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ ਵਾਲੇ ਉਹ ਵੀ ਬਚਨ ਕਰਨ। ਗੁਰੂ ਮਹਾਰਾਜ ਦੀ ਨਿੱਘੀ ਗੋਦ 'ਚ ਬੈਠੀ ਸਮੂਹ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿੱਥੇ ਦਿੱਲੀ ਦੇ ਵਿੱਚ ਜਿਹੜੀ ਇਤਿਹਾਸਿਕ ਯਾਤਰਾ ਮਹੰਤ ਕਰਮਜੀਤ ਸਿੰਘ ਜੀ ਔਰ ਉਹਨਾਂ ਦੇ ਸਾਰੇ ਸਾਥੀ ਸੰਤ ਸਮਾਜ ਇਹ ਲੈ ਕੇ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਦਾ ਵਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਦਿੱਲੀ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਮੈਂਬਰ ਸਭਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਿੰਘ ਸਭਾਵਾਂ ਇਤਿਹਾਸਿਕ ਸਥਾਨਾਂ ਤੋਂ ਜਿੱਥੇ ਵੀ ਇਹ ਯਾਤਰਾ ਨਿਕਲਦੀ ਆਈ ਹੈ ਇਹਦਾ ਭਰਪੂਰ ਸਵਾਗਤ ਕੀਤਾ ਗਿਆ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਦਿੱਲੀ ਦਾ ਇੱਕ ਇਤਿਹਾਸਿਕ ਸਥਾਨ ਜਿੱਥੇ ਮਹੰਤ ਹਰਬੰਸ ਸਿੰਘ ਜੀ
और टिकाणा साहब ते मैं समझदा वा कि महंत अमृतपाल जी रोज़ सवेरे जिथे सी बंगला साहब जाके नतमस्तक हुंदे ने ए यात्रा इस वेले टिकाणा साहब पंजाबी बाग पुजी है। मैं समझदा कि जिस तरीके नाल एडे बारिश दे विच बाहर हनेरी चखड़ है फिर भी इथों दियां संगतां ने महापुरशां ने गुरिंदर पाल जी जिहड़े इथों दे प्रधान ने और खास तौर पर बंगला साहब रोहतक के प्रधान साहब उन्हां दी टीम सारी आई है मैं उन्हां नूं जी आया आखदा वां। एक गल समझ लईए कि जिहड़ियां शताब्दियां आंदियां ने ना जे शताब्दियां नूं असी सही तरीके नाल लोकां दे विच उहदा प्रचार करिए ते ये गुरु का प्रचार असी करते हैं। सानू सेवा 2013 च मिली सी बाबा बंदा सिंह बहादुर जी की शताब्दी शहीदी 300 साल शताब्दी 2016 च आई सी। बाबा बंदा सिंह बहादुर जी के बारे बड़े गलत फहमियां पाईयां गईयां सन। मैं समझदा जिस तरीके नाल ये शताब्दी दिल्ली गुरद्वारा कमेटी और समुचे संत समाज ने और सिंह सभावां ने रल के मनाई सरकारां ने रल के मनाई दुनिया नूं पता लगा बाबा बंदा सिंह बहादुर कौन सन। पिछले साल दसम पिता का 350 साल कितने इंडिया गेट कीर्तन दरबार हो रहे हैं कितने कनॉट प्लेस ढाडी प्रसंग हो रहे ने सेंट्रल पार्क और यही असी चाहते सी जो पहली दफा महंत करमजीत सिंह जी अपनी टीम नाल आए से अज तो 2 महीने पहले 2.5 महीने पहले। तो मैनू ये माण है सिख कौम के उत्ते और अपने बच्चों तक ये मैसेज पहुँचाना चाहते सी कि असी सारे रैड क्रॉस सोसाइटी जानते हैं जिहड़ी शायद 125 साल पहले आई है लेकिन रैड क्रॉस सोसाइटी दे नींव जिहड़ी सी दसम पिता ने भाई कन्हैया जी के हथों रखवा दिती सी। आपां नूं सारयां नूं पता है जो सेवा भाई कन्हैया जी ने की और दसम पिता ने की आशीर्वाद दिता सिख इतिहास दे विच ऐसियां ऐसियां चीज़ां ने जिहड़ियां असी अपने बच्चों तक नहीं पहुँचा सके। अज अपने घर भी सिख बच्चों नूं पुछ लिया जाए भाई कन्हैया जी कौन ने तो शायद उन्होंने नहीं पता होएगा। ये शताब्दी एक जरिया बनती है जदों असी दुनिया तक अपने बच्चों तक नहीं दूजे धर्मां नूं दसीए कि भाई कन्हैया जी कौन ने। और मैं समझदा इस स्थान पर बाबा हरबंस सिंह जी सेवा पंथी और महंत अमृतपाल जी मैं समझदा कि सेवा पंथियों का एक बहुत वड्डा स्थान है और जिथे बहुत वड्डी संगत जुड़ी हुई है। अज उन्होंने भी जिथे गुरु के चरणों च नतमस्तक होए ने उत्थे जी आया आख्या वे। दिल्ली सिख गुरद्वारा कमेटी ने सर परमजीत सिंह राणा धर्म प्रचार के मुखी सनी जी और होर महापुरश इत्थे ज्ञानी हेम सिंह जी बहुत लंबा समा इन्होंने दिल्ली गुरद्वारा कमेटी की सेवा की है। मैं समझदा वा कि दिल्ली सिख गुरद्वारा कमेटी ने इसते सैमीनार इसते वड्डे समागम उलीके ने लाइट एंड साउंड शो भी होएगा। मैं समझदा वा कि आने वाले समय च असी लोगों नूं दसन च कामयाब होवांगे कि भाई कन्हैया जी की देन दुनिया नूं की सीगी। अज किसी जगह जंग हो जाए तो वह जिहड़े चिट्टे झंडे लैके जाते ने उन्हां दी जड़ गुरु दसम पिता और भाई कन्हैया जी लैके गए सीगे। बहुत बहुत वधाई। 29 और 30 इस महीने बंगला साहब बहुत वड्डा समागम रखा गया है और इतों की महापुरशा ने जिथे सरुपाओ दिते ने उतों 2,51,000 रुपया जेडे वे समागम महंत जी ने करने ने आनंदपुर साहब की धरती से उन्हां वास्ते भी अपना हिस्सा पाया। मैं उन्होंने भी लख लख वधाई दिना। वाहेगुरू जी का खालसा वाहेगुरू जी की फतेह। टिकाणा साहब वालों प्रधान साहब सामजीत सिंह जी के का बहुत बहुत धन्यवाद सिर पाओ। मैं महंत करमजीत सिंह बेनती कराँगा सवतार सिंह डोली जी को बेनती कराँगा प्रधान गुरिंदरपाल सिंह राजू जी ने डबे बोले सुनहार बोले सुनहार प्रधान साहब जी का क्योंकि टिकाणा साहब नाल अत प्यार है कोई भी काम होंदा उसी वक्त प्रधान साहब जी नूं बेनती करदे आ कभी भी इन्हां नूं मना नहीं कीता। सावतार सिंह डोली जी नूं सिर पाओ। सावतार सिंह डोली जी नूं मैं प्रधान साहब जी बेनती करांगा बोले सुनहार
ਮਾਨ ਸੁਰਿੰਦਰ ਸਿੰਘ ਜੀ ਨੂੰ ਟਿਕਾਣਾ ਸਾਹਿਬ ਨਾਲ 21,000 ਰੁਪਇਆ, ਮਹੰਤ ਬਾਬਾ ਹਰਬੰਸ ਸਿੰਘ ਜੀ ਵੱਲੋਂ 21,000 ਰੁਪਇਆ, ਕਿਉਂਕਿ ਇਹਨਾਂ ਨੇ ਕੀਰਤਨ ਦੀ ਹਾਜ਼ਰੀ ਲਗਾਉਣੀ ਸੀ, ਸਮਾਂ ਘੱਟ ਗਿਆ। 21,000 ਰੁਪਇਆ ਟਿਕਾਣਾ ਸਾਹਿਬ ਵੱਲੋਂ ਇਹਨਾਂ ਨੇ ਕੀਰਤਨ ਦੀ ਹਾਜ਼ਰੀ, ਕਿਉਂਕਿ ਮਹੰਤ ਬਾਬਾ ਹਰਬੰਸ ਸਿੰਘ ਨੇ ਕਿਹਾ ਸੀ ਕੀਰਤਨ ਸ਼ਬਦ ਪੁਰਾਣਾ ਹੈ ਪਰ ਸਮਾਂ ਨਹੀਂ ਸੀ। ਭੋਲੇ ਸੋ ਨਿਹਾਲ, ਬਾਕੀ ਮਹਾਂਪੁਰਸ਼ਾਂ ਨੂੰ ਨਾਲ ਲਿਫਾਫੇ ਵੀ, ਸਾਰੇ ਮਾਇਆ ਮਾਇਆ ਵੀ ਪਿਓ। ਸਾਵਤਾਰ ਸਿੰਘ ਡੋਲੀ ਜੀ ਵੀ ਨਾਲ, ਗੋਵਿੰਦਰਪਾਲ ਸਿੰਘ ਸਾਹਿਬ, ਮਨਜੀਤ ਸਿੰਘ ਪ੍ਰਧਾਨ ਸਾਹਿਬ ਰਾਣਾ ਜੀ, ਸਾਰੇ ਮਹਾਂਪੁਰਸ਼ਾਂ ਨੂੰ ਨਾਲ ਲਿਫਾਫੇ ਵੀ, 5150 ਰੁਪਇਆ ਸਾਰੇ ਮਹਾਂਪੁਰਖਾਂ ਨੂੰ। ਬੋਲੇ ਸੋ ਨਿਹਾਲ, ਮਹਾਂਪੁਰਸ਼ਾਂ ਨੂੰ ਧਿਆਨ ਸਿਰ ਪਾਓ ਵੀ ਦਿਓ, ਮਾਇਆ ਵੀ ਦਿਓ, ਰਾਣਾ ਜੀ ਮਾਇਆ ਵੀ ਨਾਲ ਦਿਓ। ਬੋਲੇ ਸੋ ਨਿਹਾਲ, ਮਨ ਕਰਮਜੀਤ ਸਿੰਘ ਜੀ ਨਾਲ ਦਿਵਾ ਦਿਓ। ਬੋਲੇ ਸੋ ਨਿਹਾਲ, ਸਾਵਤਾਰ ਸਿੰਘ ਡੋਲੀ ਜੀ ਨੂੰ ਬੇਨਤੀ ਕਰਾਂਗਾ, ਆਪ ਜੀ ਸਾਵਤਾਰ ਸਿੰਘ ਡੋਲੀ ਜੀ ਜੋ ਕਿ ਸਾਡੇ ਨਾਲ ਰੋਹਤਕ ਤੋਂ ਜੁੜੇ ਹੋਏ ਹਨ, ਉਹਨਾਂ ਨੂੰ ਹਰ ਵਕਤ ਜੋ ਵੀ ਸੇਵਾ ਹੋਵੇ, ਸਾਵਤਾਰ ਸਿੰਘ ਡੋਲੀ ਅੱਗੇ ਆ ਜਾਣ। ਗੁਰੂ ਰੂਪ ਸਾਹਿਬ ਸੰਗਤ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਤਾਰ ਰਾਹੀਂ ਮਹੰਤ ਕਰਮਜੀਤ ਸਿੰਘ ਜੀ ਅਤੇ ਪ੍ਰਧਾਨ ਜੀ ਕੇ ਸਾਹਿਬ ਨੇ ਆਪ ਨੂੰ ਇਸ ਯਾਤਰਾ ਬਾਰੇ, ਜੋ ਆਪਣਾ ਵਿਰਸਾ ਹੈ ਭਾਈ ਕਨ੍ਹੱਈਆ ਜੀ ਦੀ ਸ਼ਤਾਬਦੀ, ਮੈਂ ਸਮਝਦਾ ਅਸੀਂ ਸਾਰੇ ਬੜੇ ਭਾਡਾ ਭਾਗਾ ਵਾਲੇ ਹਾਂ ਕਿ ਕਿਸ ਤਰ੍ਹਾਂ ਪਿਛਲੇ ਸਾਲਾਂ 'ਚ ਜੋ ਕਾਫੀ ਸ਼ਤਾਬਦੀਆਂ ਸਿੱਖ ਇਤਿਹਾਸ ਦੀਆਂ ਅਸੀਂ ਮਨਾਈਆਂ ਨੇ, ਅਤੇ ਆਉਣ ਵਾਲੇ 2019 'ਚ ਵੀ ਸਾਡੇ 500 ਸਾਲ ਜੋ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰੋਗਰਾਮ ਆ ਰਿਹਾ ਹੈ, ਪੂਰੇ ਸੰਸਾਰ ਵਿੱਚ ਉਹਦੇ ਬਾਰੇ ਹਰ ਜਗ੍ਹਾ ਮੀਟਿੰਗਾਂ ਹੋ ਕੇ ਅਤੇ ਉਸ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ। ਭਾਈ ਕਨ੍ਹੱਈਆ ਸਾਹਿਬ ਦੀ ਸ਼ਤਾਬਦੀ ਜੋ ਕਿ ਲਗਭਗ 6 ਰੋਜ਼ ਪਹਿਲੇ ਸ਼ੁਰੂ ਹੋ ਕੇ ਅੱਜ ਦਿੱਲੀ ਵਿੱਚ ਪੁੱਜੀ ਹੈ, ਕੱਲ੍ਹ ਇਹ ਯਾਤਰਾ ਰੋਹਤਕ ਟਿਕਾਣਾ ਸਾਹਿਬ ਵਿਖੇ, ਜੋ ਕਿ ਮਹੰਤ ਕਨ੍ਹੱਈਆ ਸਾਹਿਬ ਤੋਂ ਵਰਸਾਏ ਹੋਏ ਗੁਰੂ ਮਹੰਤ ਗੁਰਮੁਖ ਸਿੰਘ ਜੀ, ਮਹੰਤ ਦਰਸ਼ਨ ਸਿੰਘ ਜੀ ਜਿਨ੍ਹਾਂ ਦਾ ਸਥਾਨ ਹੈ, ਉੱਥੇ ਪੁੱਜੇਗੀ। ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ਜੋ ਨੌਵੇਂ ਪਾਤਸ਼ਾਹ ਦਾ ਸਥਾਨ, ਉਸ ਸਥਾਨ 'ਤੇ ਪਰਸੋਂ ਸਵੇਰੇ ਲੰਘ ਕੇ ਅੱਗੂ ਕਲਾਨੌਰ ਮਹਿਮ ਹਾਂਸੀ ਹੁੰਦੇ ਹੋਏ ਯਾਤਰਾ ਅੱਗੇ ਜਾਏਗੀ। ਸੋ ਅਸੀਂ ਬੜੇ ਭਾਗਾ ਵਾਲੇ ਹਾਂ ਇਸ ਸਥਾਨ 'ਤੇ, ਟਿਕਾਣਾ ਸਾਹਿਬ ਜਿੱਥੇ ਪਹੁੰਚੇ ਹਾਂ, ਮਹਾਂਪੁਰਸ਼ਾਂ ਵੱਲੋਂ ਮਹੰਤ ਹਰਬੰਸ ਸਿੰਘ ਜੀ, ਸੰਤ ਅੰਮ੍ਰਿਤਪਾਲ ਸਿੰਘ ਜੀ, ਆਪ ਸਤਸੰਗਤ ਨੇ ਮਿਲ ਕੇ ਇਸ ਸਥਾਨ 'ਤੇ ਮਹਾਂਪੁਰਸ਼ਾਂ ਦਾ, ਬਾਬਾ ਜੀ ਦੀ ਸਵਾਰੀ, ਪੰਜ ਪਿਆਰੇ ਸਤਿਕਾਰ ਕੀਤਾ ਹੈ। ਸੋ ਸੰਗਤਾਂ ਵੱਲੋਂ ਇਸੇ ਤਰ੍ਹਾਂ ਹੀ ਇਹਦੇ ਸਮਾਪਨ ਤੱਕ ਅਸੀਂ ਕੋਸ਼ਿਸ਼ ਕਰੀਏ ਕਿ ਹਰ ਥਾਂ ਜਿੱਥੋਂ ਲੰਘ ਕੇ ਜਾਣੀ ਹੈ ਉਸ ਜਗ੍ਹਾ ਪੂਰਾ ਆਦਰ ਸਤਿਕਾਰ ਹੋਵੇ। ਸੋ ਮੈਂ ਗੁਰਦੁਆਰਾ ਕਮੇਟੀ ਵੱਲੋਂ, ਟਿਕਾਣਾ ਸਾਹਿਬ ਵੱਲੋਂ, ਜਿੱਥੇ ਮਹਾਂਪੁਰਸ਼ਾਂ ਦਾ ਸਮੂਹ ਸੰਗਤ ਦਾ, ਪੰਜ ਪਿਆਰਿਆਂ ਦਾ ਜੀ ਆਖਣਾ, ਨਾਲ ਹੀ ਇਹ ਅਰਦਾਸ ਕਰਦੇ ਹਾਂ ਕਿ ਇਹ ਜੋ 300 ਸਾਲਾ ਯਾਤਰਾ ਹੈ, ਇਹ ਆਪਣੇ ਪੜਾਵ 'ਤੇ ਪੂਰੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਆਪਣੀ ਅਨੰਦਪੁਰ ਸਾਹਿਬ ਵਿਖੇ ਪੁੱਜੇ। ਸੋ ਮੈਂ ਸਮੂਹ ਸੰਗਤਾਂ ਦਾ, ਟਿਕਾਣਾ ਸਾਹਿਬ ਵੱਲੋਂ ਜੀ ਆਖਣਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਵਤਾਰ ਸਿੰਘ ਡੋਲੀ ਜੀ ਦਾ ਦਰਬਾਰ ਜੋ ਕੀਮਤੀ ਸਮਾਂ ਕੱਢ ਕੇ ਆਏ, ਮੈਂ ਪ੍ਰਧਾਨ ਸਾਹਿਬ ਇੱਕ ਮਿੰਟ ਬੋਲਣਾ ਚਾਹੁੰਦੇ। ਮੈਂ ਸਮਝਦਾ ਵਾਂ ਕਿ ਸੇਵਾ ਪੰਥੀ ਜਿਹੜੇ ਮਹਾਂਪੁਰਸ਼ ਨੇ ਉਹ ਗੁਰੂ ਨਾਲ ਜੋੜਦੇ ਨੇ, ਔਰ ਇਸੇ ਕੜੀ ਦੇ ਵਿੱਚ ਬਾਬਾ ਮਹੰਤ ਹਰਬੰਸ ਸਿੰਘ ਜੀ ਨੇ ਔਰ ਬਾਬਾ ਆਪਣੇ ਅੰਮ੍ਰਿਤਪਾਲ ਜੀ ਨੇ ਇਹ ਫੈਸਲਾ ਲਿਆ ਕਿ ਜਿਹੜਾ ਵੀ ਸੱਜਣ ਇਹਨਾਂ ਨੂੰ ਮਿਲੇ ਉਹ ਫਤਿਹ ਬੁਲਾਵੇ
और जे मत्था टेकना तो सिर्फ गुरु ग्रंथ साहिब नूं नतमस्तक होण। मैं समझदा वां कि असी बड़े ऐसे अस्थान देखे ने जिथे थोड़ी भी उन्हां दी चढ़त हो जाए तो मत्थे टिकाण लग पैंदे ने, वह गुरु की बजाय अपने नाल जोड़न की गल करते हैं। पर मैं समझदा वां गुरु की इन्हां महापुरशां ते बख्शिश है कि इन्हां ने संगत नूं हुक्म कीता है कि किसी ने भी अगर मत्था टेकना है तो सवाए गुरु ग्रंथ साहिब ते किसी नूं नहीं, फतेह तुसीं इन्हां महापुरशां नाल सांझी कर सकते हो। मैं समझदा वां और दूजी वधाई ये भी देना चाहते हैं कि जिहड़ी असीं भी गल करते हैं कि स्टेजां दे उत्तों राजनीति बिल्कुल खत्म की, धार्मिक होने चाहिए ने। मैं इस गल की भी महापुरशां नूं वधाई दिना। वाहिगुरु जी का खालसा। प्रधान साहब जी का इस मंद करमजीत सिंह जी वालों सेवा पंथी अड्डन शाही सभा वालों प्रधान साहब जी का सत्कार। मैं गुरविंदर पाल सिराज नूं कहूंगा आप जी भी बोले सोनिया। बोले सोनिहाल धन धन श्री गुरु ग्रंथ साहब जी की निघी गोद विच सुभायमान समूह गुरु सवारी गुरु प्यारी साहिब संगत जी फतेह दी सांझ करो। वाहिगुरु जी का खालसा वाहिगुरु जी की फतेह। साध संगत जी अज दा इह उपराला जो धन धन गुरु तेग बहादुर साहब धन धन गुरु गोबिंद सिंह साहब जी दे परथाए हुए भाई कन्हैया जी उन्हां दी शताब्दी नूं समर्पित अड्डन शाही संत सभा दे प्रधान महंत करमजीत सिंह जी पासों जो है एक उपराला किया गया है। असी समूह पंजाबी बाग की संगत वालों टिकाणा साहब वालों जिन्हां नूं कि कई दिनों का चा चढ़िया होया सीगा बई इस जगह पर एक नगर कीर्तन जो भाई कन्हैया जी की शताब्दी को धन्यवाद है सारी संगत का जो इत्थे संगत रूप पुजी है और टिकाणा साहब का हमेशा ही एक उपराला रहा है। इत्थे कोई भी संगत चल के आई है भावें भाई कन्हैया जी दियां दित्तियां होईयां सारियां जिहड़ी प्रथा चलदी आ रही है ए उत्थे टिकाणा साहब सेवा पंथी ने और एक एकता का प्रतीक जो भाई कन्हैया जी ने दिता सीगा। और मैं समझना कि गुरद्वारा सिंह दिल्ली सिख गुरद्वारा प्रबंधक कमेटी भी एक वधाई का पात्र है जिमें कि यहोजिया शताब्दियों मुख रखते हुए यह अवेसलापन जो साढ़े आने वाले बच्चों नहीं सी पता अवेसले रह गए ने उन्हें इतिहास तो उस तो जानू कराया है भावें बंदा सिंह बहादुर जी की शताब्दी होए तो भावें भाई कन्हैया जी की होए क्योंकि इतिहास साढ़े आने वाले बच्चों नूं पता चलना चाहिए कि साढ़ा विरसा जोड़ा है कि इस गल तो अवेसला ही ना रह जाए कि शताब्दियां सन तो साढ़ा इतिहास की है तो जिन्हों का इतिहास नहीं रहता मेरे सच जाण्यो कि वह अगे कौमां ही नहीं चल पाउंदियां। सो यह वधाई दे पात्र ने जिन्होंने यह उपराला किया और असी इन्हां नूं समूह संगत वालों जी आया कहने और इन्हों का धन्यवाद करने कि है अपनी संगत रूप इत्थे पुजे ने और धन्यवाद करने महंत हरबंस सिंह जी का संत अमृतपाल सिंह जी का जिन्होंने उपराला करके इन्हों वे पद्धर से जी आया आख्या। सत्कारयोग मनजीत सिंह जी जो प्रधान ने दिल्ली सिख गुरुद्वारा प्रबंधक कमेटी के उन्हों का हमेशा ही सहयोग मिले है। परमजीत सिंह जी राणा इन्होंने अगे हो के वध चढ़ के कोई भी शताब्दी होए कोई भी सिख पंथ का काम होए अगे हो के इन्होंने सानू संभालिया है। सो इन्हों का भी टिकाणा साहब वालों धन्यवाद है। सो मैं बेनती कर रहा हूँ संत जी आप जी को अगला प्रोग्राम। गुरविंदर पाल सिराज जो टिकाणा साहब के अद प्यारे हैं जदों भी कोई समागम कोई चीज़ होए इन्हों बेनती कीर्तन वास्ते भी बेनती की जिते प्रधान साहब जी मनजिंदर सिंह सरसा जी ने बेनती की राणा जी ने सारे ने उपराला किया है ते मैं सेवा पंथी अड्डन शाही सभा के प्रधान साहब कोई बचन करना चाहते हैं। वाहिगुरु जी का खालसा वाहिगुरु जी की फतेह। एक बेनती करना चाहवागा कि संत जी तुसीं इन्नी वड्डी सेवा की है सानू माया की बहुती जरूरत नहीं आप जी कृपा करके भाई कन्हैया जी ते
जो लाइट एंड साउंड शो बनाया है वह दिल्ली के इत्थे पंजाबी बाग के ग्राउंड च एक दिखा दिओ, उसका इन्ना वड्डा प्रचार हो जाएगा और तुहाडे सारे महापुरखों का सेवा पंथियों का इतिहास है और जिसनों 6 महीने लगे ने उसनों तैयार करन दे विच और पूरे हरियाणा सरकार दे 15 शो पूरे हरियाणे दे विच रखे ने। अज भी मैं कहा सरसे दे विच प्रोग्राम हो रहा है। दिल्ली कमेटी नू भी बेनती है कि वह भी एक शो जिहड़ा दिल्ली हार्ट दे विच उन्होंने तिलक नगर साइड किया है वह भी करावे। तीसरी बेनती है संत अमृतपाल सिंह जी, कल नू तुसी असी सारे सेवा पंथी उस बस में बैठे हाँ जिहड़ा प्रचार भाई कन्हैया जी का संसार भर में जा रहा है। सानू पता संत बड़े महाराज जी का तबीयत कुछ ऐसी है, नसाज रहिंदी है, लेकिन सिर्फ कल वास्ते तुहानू कहिंदे आ कल सानू कुंडली बॉर्डर तक तुसी साडे नाल रहना, इन्नी साडी बेनती प्रवान करनी। जे बेनती मान लें तो रोहतक तुहाडा अपना घर है, रोहतक तुहाडा अपना स्थान है, आनंदपुर साहब भी तुहाडा स्थान है, उत्थे तां आणगे। तो बेनती है भी तुसी जरूर इहदे हाजरी च समागम च जरूर साडे नाल कल दा दिन, कल एक दिन असीं बेनती कर लैंदे बाबा जी नूं, मंत साहब जी नूं असीं बेनती कर लैंदे। आ सारे बैठे हाँ, सारा सेवा पंथ संसार देख रहा है, ये सेवा पंथी ने तुहानूं ही सारा संसार देख रहा है जो तुसीं प्रोग्राम करदे हो। असदों भी यही पता लगता सी वी भाई कन्हैया दे वारस ने, अज सारे संसार दे विच जा रहा वी भाई कन्हैया दी संपदा सेवा पंथी है। तो जो सारे बैठांगे बहुत आनंद बनेगा। मैं सारिआं दा फिर धन्नवाद करदा। इस तों बाद अगला रूट जिहड़ा है वह पंधेर जी नूं बेनती है कि स्टार्ट किया जाए जिवें तुसीं संत जी प्रधान साहब जी का हुक्म सिर मत्थे सेवामंती अड्डन शाही सभा मंत्र बंस सिंह जी बैठे हैं साहिब श्री ग्रंथ साहब महाराज की गोद में। कल असी नानक प्याओ साहब विखों आप जी ना गुंडी बार्डर तक चलांगे। प्रधान साहब जी ते सरसा साहब जी आप ग्रहांदे हैं, सारा कुछ असी इन्हां नूं सौंपिया होया, अस्थान भी प्रधान साहब जी इन्हां नूं सौंपिया होया है प्रधान साहब नूं, क्योंकि अमजीत सिंह जी के गुरु कृष्ण साहब जी के दर का सब तो वड्डा दर है। सतगुरु महाराज जी बख्शिश करन, क्योंकि प्रधान साहब साहब अजीत सिंह जी के सड़ना दुख सुख दे हर वक्त हर समय रात नो 2 वारी 3 वारी फोन करो, हर वक्त वह मेरे नाल, उन्होंने पता हैगा फैमिली वाकन प्यार करते हैं। सतगुरु महाराज जी बख्शिश करन रहमत करन, आप जी का हुक्म सिर मत्थे, होर भी सेवा आप जी कहोगे असी इस स्थान तो तुहाडे तो बाहर नहीं होवांगे। ये वचन लाइव टेलीकास्ट ते चल रहा है, ते इस करके आप जी उड़ीक करके जो भी आप जी हुक्म करोगे उस हुक्म अगे शीश नवावांगे। धन गुरु भाई कन्हैया साहब के प्रसंग ही सुना रहे भाई कन्हैया साहब ते ना वड्डा उस तो गुरु ग्रंथ साहब जी तो वड्डा कोई सेवक नहीं सी, पर धन गुरु तेग बहादुर साहब जी ते गुरु गोबिंद सिंह ने अत प्यारे सेवक भाई कन्हैया साहब जी, जिन्हां मोढ़ा आप जी ने पंडित नेचर सिंह जी महाराज जी तो बाद बाबा गुरमत सिंह जी ने चुकिया। मन गुरमत सिंह जी अपनी होद विच ही आप जी ने मन बाबा तीरथ सिंह नूं देता, ते रोहतक मन बाबा परमजीत सिंह जी ज्योति जोत समाए 2015 19 सितंबर नूं आप जी नूं सेवा पंथी अड्डन शाही सभा का प्रधान नियुक्त कर दिता। सतगुरु महाराज जी बख्शिश करन, हुण साहब मनजिंदर सिंह सरसा जी का टिकाणा साहब सिर पाओ, प्रधान साहब साहब मनजीत सिंह जी के साहब मन बाबा करमजीत सिंह जी साहब दास सिंह डोली देणगे, उस तों बाद साहब मनजिंदर सिंह सरसा जी बचन करनगे। ਸਾਹ ਗੁਰੂ ਰਵਿੰਦਰਪਾਲ ਸਿੰਘ ਜੀ ਨੂੰ ਸਿਰ ਪਾਓ ਤੇ ਨਾਲ ਪਿਆਰ ਪਹਿਲੇ ਟਿਕਾਣਾ ਸਮਝਦੇ ਇੱਕ ਵਾਰ ਪਹਿਲੇ ਟਿਕਾਣਾ ਸਮਝਦੇ ਤੋ ਫਿਰ ਬੋਲੇ ਸੁਨਿਹਾਲ ਸਾਹਿਬ ਜੀ ਦਸਰ ਸਰ ਸਾਹਿਬ ਬੋਲੇ ਸੁਨਿਹਾਲ ਇਹ ਕੋਈ ਵੀ ਕਾਰਜ ਸਾਹਮਣੇ ਬੁਕਿੰਗ ਦਾ ਸਰ ਸਾਹਿਬ ਜੀ ਕਰਾਉਂਦੇ ਹਨ। ਪ੍ਰਧਾਨ ਸਾਹਿਬ ਦੇ ਦੋਨੋਂ ਪਿਆਰ ਹਨ ਦੋਨਾਂ ਦਾ। ਹੁਣ ਮੈਂ
दिल्ली दिया संगतां वालों टिकाणा साहब के महापुरुष श्री मानिक सुवाद बाबा बालबन सिंह वालों साहब मनजिंदर सिंह धन धन साहिब श्री गुरु ग्रंथ साहिब महाराज जी की पावन ते पवित्र हजूरी च सज बैठी गुरु प्यारी साध संगत जी गज वज के फतेह बुलाओ वाहेगुरु जी का खालसा वाहेगुरु जी की फतेह। अज ये महान नगर कीर्तन उन्हां महान पूर्णियां ते चलते हुए ये दिल्ली सिख गुरुद्वारा मैनेजमेंट कमेटी नूं बहुत ही माण प्राप्त होया है। दुनिया के अंदर अज रेड क्रॉस वर्गियां बड़िया सारिया संस्थावां ने पर भाई कन्हैया जी ने जो अज तो कई सौ वरे पहला मानवता की सेवा नूं मुख रखते हुए जो संगतां नूं आशीर्वाद दिता दीन दुनिया के अंदर दुखी दीन दुनिया के अंदर जिन्हां लोगों नूं कोई लागे नहीं लगन दिंदा सी कोई कोड़ी सी कोई बीमार सी और इतों तक कि वैरी भी जिहड़ा सी गुरु गोबिंद सिंह साहिब महाराज जी की जंग के दौरान भी उन्होंने मानवता की सेवा की कभी उन्होंने ये फर्क नहीं जानिया सी कि ये वैरी आ ये दुश्मन वालों लड़ रहा है या गुरु साहब वालों लड़ रहा है। उस महान परंपरा को अगे लिजाते हुए अज दुनिया भर के अंदर सिख जड़े ने वो इस परंपरा को अगे वधा रहे हैं। अज सीरिया वर्गी जगह पर हुण केरला वर्गी जगह पर नेपाल अंदर जाके उत्तराखंड अंदर जाके कश्मीर अंदर जाके दुनिया का कोई ऐसा कोना नहीं जो लोड़ पई आ तो सिख सब तो अगे जाके खड़ा होया। अज टिकाणा साहब के इस महान स्थान पर यात्रा पहुँची आ दिल्ली सिख गुरुद्वारा मैनेजमेंट कमेटी के प्रधान सरदार मनजीत सिंह जी जीके साहब साढ़े अति योग अति सत्कार योग महंत जी जिन्हों असी अति सत्कारी तौर साढ़े हमेशा ही आशीर्वाद जिन्हों का साढ़े ते बनिया रहा है। ऐसिया महान रूहों जिन्हों का इस स्थान पर भी आशीर्वाद रहा है साढ़े सत्कारित यमुनानगर तो महंत करमजीत सिंह जी जेडे बहुत ही उच्ची सुची रूह ने मेरा इस स्थान के नाल भी बहुत विशेष तौर पर प्यार संतां दा हमेशा ही आशीर्वाद दुख सुख के अंदर अरदास करनी चढ़ती कला के वास्ते अरदास करनी बहुत सारे संत महात्मा जिहो जे ने जिहड़े लोगों नूं अपने चरणों नाल जोड़ते हैं। ये महान स्थान है टिकाणा साहब जिहड़ा हर सिख नूं गुरु ग्रंथ साहिब महाराज जी के चरणों नाल जोड़ता है इहदी महानता इस स्थान की। सो साढ़े बड़े वड़पागे असी हाँ जिते सानू यह महान सेवा दिल्ली सिख गुरुद्वारा मैनेजमेंट कमेटी की मिली आ उत्थे इन्हां महान संतां दा आशीर्वाद भी मिलिया। मेरे पंजाबी बाग दियां बहुत ही सन्मानित हस्तियां भी अज इत्थे ने सरदार गुरिंद्रपाल सिंह जी राजू जी का सरदार मनजीत सिंह जी के साहब सरोपाओ दे के मान कर रहे ने। सो मैं जिते संतां दा तहे दिलों धन्नवाद करदा दिल्ली सिख गुरुद्वारा मैनेजमेंट कमेटी वालों देश दुनिया दियां संगतां वालों इस तरह आप मिल के हमेशा कौम की चढ़ती कला वास्ते पंथ की चढ़ती कला वास्ते बहुत सारी दुनिया जी एक मकसद ना चली हुई आ कि ये जी बहुत ही उच्ची तो सुची कौम आ जोड़ा सिख धर्म आ इस दे अंदर पाड़ पाई जाए आपसी जंग कराई जाए यह साजिश अज दिया नहीं कई सौ सालों तो चलद आई हैं तो अगे भी इस तरह रहनी है क्योंकि ये कौम शेरों वर्गी कौम आ और हर किसी साढ़े तो इस गल की तकलीफ रही है कि दुनिया के अंदर इन्हों का माण सत्कार जोड़ा वो इन्ना क्यों आ क्योंकि असी गुरुआं की दिती हुई बाणी से गुरुआं के दिते हुए संदेश से पहरा दें मानवता की सेवा से विश्वास करते हैं। सो परमात्मा साढ़े सारे से इस तरह कृपा बनाई रखे जिते असी अज इस महान पवित्र स्थान टिकाणा साहब के संतों के चरणों बेनती जोधरी अरदास की धनवाद किया यात्रा में तुम स्वागत किया है गुरु साहब आप जी देव इस महान स्थान पर इस तरह कृपा बनाई रखन सारे चढ़ती कला च रहिए गुरु साहब इस तरह सारिया के उत्ते मेहर कर और आपू अपने महान पवित्र गुरचरणा कमलों की सदीव कल वास्ते जितने सेवा बख्शन साड़ी आने वाली कुल दर कुल अपने गुरु चरणा का दास बना के रखने ऐसी मैं चरणों बेनती करता है। आप सारिया का फिर तो बहुत बहुत धन्यवाद। मैं दिल्ली सिख गुरुद्वारा प्रबंधक अकैडमी के प्रधान सरदार मनजीत सिंह जीके साहब और जनरल सकत्र सरदार मनजिंदर सिंह जी सिरसा जी को बेनती करांगा कि वड्डे महापुरश
ਵੱਡੇ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਕਰਨ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਸਾਹਿਬ ਵੱਡੇ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਕਰ ਰਹੇ ਨੇ। ਮੈਂ ਪ੍ਰਧਾਨ ਸਾਹਿਬ ਨੂੰ ਜਨਰਲ ਸਕੱਤਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪੰਜਾਂ ਪਿਆਰਿਆਂ ਨੂੰ ਵੀ ਜੀ ਹੈ ਦਿੱਲੀ ਸਿੱਖ ਗੁਰਦੁਆਰਾ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਜੀ ਟਿਕਾਣਾ ਸਾਹਿਬ ਵਾਲਿਆਂ ਦਾ ਪ੍ਰਧਾਨ ਸਾਹਿਬ ਸਤਿਕਾਰ ਕਰ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਂ ਪਿਆਰਿਆਂ ਦਾ ਸਤਿਕਾਰ ਮਹੰਤ ਕਰਮਜੀਤ ਸਿੰਘ ਜੀ, ਮਹੰਤ ਕਰਮ ਸਿੰਘ ਜੀ ਦਾ ਜਿਹੜੇ ਕਿ ਭਾਈ ਕਨਈਆ ਜੀ ਦੀ ਜਾਗ੍ਰਿਤੀ ਯਾਤਰਾ ਸੰਦੇਸ਼ ਯਾਤਰਾ ਲੈ ਕੇ ਆਏ ਨੇ, ਪ੍ਰਧਾਨ ਸਾਹਿਬ ਨੇ ਸਤਿਕਾਰ ਕੀਤਾ। ਮੈਂ ਪ੍ਰਧਾਨ ਸਾਹਿਬ ਜਨਰਲ ਸਕੱਤਰ ਸਾਹਿਬ ਨੂੰ ਬੇਨਤੀ ਕਰਾਂਗੇ ਪੰਜਾਂ ਪਿਆਰਿਆਂ ਦਾ ਵੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਕਰਨ ਜੀ। ਸਤਿ ਸ੍ਰੀ ਅਕਾਲ ਬੋਲੇ ਸੋਨਿਆ।